ਆਪਣੇ ਟੀਚਰਾਂ ਦੀ ਮਿਹਨਤ ਆ, ਮੈਡਮ ਦੀ ਵੀ ਬਹੁਤ ਮਿਹਨਤ ਆ ਵਿੱਚ, ਅਤੇ ਆਪ ਵੀ ਥੋੜ੍ਹੀ ਹਾਰਡ ਵਰਕ ਕੀਤੇ ਆ। ਉਸ ਤੋਂ ਬਾਅਦ ਗੇਮ 'ਤੇ ਸੀਗਾ, ਮੈਂ ਗੱਤਕਾ ਖੇਡਦਾ ਸੀ, ਉਹਦੇ ਵੀ ਨੰਬਰ ਲੱਗੇ ਆ। ਉਦੋਂ ਮੇਰੇ ਕੋਚ ਦੀ ਬਹੁਤ ਵਿੱਚ ਹੈਗੀ ਮਿਹਨਤ, ਅਤੇ ਬਾਕੀ ਆਪ ਵੀ ਪੜ੍ਹਾਈ ਕੀਤੀ ਆ, ਅਤੇ ਮੈਡਮ ਨੇ ਕਰਾਇਆ। ਮੈਂ ਵੀ ਬਿਜ਼ਨਸ ਦੇ, ਉਹ ਇੰਗਲਿਸ਼ ਵਾਲੇ ਮੈਡਮ ਆ, ਸਭ ਨੇ ਕਰਾਇਆ। ਕਿੰਨਾ ਸਮਾਂ ਪੜ੍ਹਾਈ 'ਚ ਦਿੰਦੇ ਸੀ, ਔਰ ਕਿੱਦਾਂ ਦੀ ਮਿਹਨਤ, ਕਿੱਦਾਂ ਦਾ ਜਿਹੜਾ ਵਰਕ ਤੁਹਾਡਾ ਇਸ ਦੇ ਲਈ ਰਿਹਾ? 4-5 ਘੰਟੇ ਦਿੰਦਾ ਸੀਗਾ, ਅਤੇ ਧਿਆਨ ਲਾ ਕੇ ਸਮਝ ਕੇ ਕਰਦਾ ਸੀਗਾ, ਅਤੇ ਅੱਗੇ ਬੱਚੇ ਵੀ ਇੱਦਾਂ ਅੱਗੇ ਕਰਨ ਕਿ ਆਉਣ ਨੰਬਰ ਉਹਨਾਂ ਦੇ ਵੀ ਇੱਦਾਂ ਹੀ। ਅੱਜ ਜਦੋਂ ਪਤਾ ਲੱਗਿਆ ਕਿ 500 ਚੋਂ 500 ਨੰਬਰ ਆਏ ਆ, ਪਹਿਲਾਂ ਪੰਜਾਬ ਦੇ ਵਿੱਚੋਂ ਜਿਹੜਾ ਸਥਾਨ ਹਾਸਲ ਕੀਤਾ, ਤਾਂ ਕਿਵੇਂ ਦਾ ਮਹਿਸੂਸ ਹੋ ਰਿਹਾ? ਖੁਸ਼ੀ ਸੀਗੀ ਬਹੁਤ। ਕਰਦੇ ਹਾਂ, ਸਕੂਲ ਦੇ ਵਿੱਚ ਆਏ ਹੋ, ਸਾਰਿਆਂ ਨੇ ਵੈਲਕਮ ਕੀਤਾ? ਹਾਂਜੀ, ਪਹਿਲਾਂ ਤਾਂ ਭਰੋਸਾ ਹੀ ਨਹੀਂ ਕੀਤਾ ਸੀਗਾ ਕਿ ਆ ਗਏ ਨੰਬਰ। ਕਹਿੰਦਾ ਮੈਂ ਝੂਠ ਬੋਲਦੇ ਪਏ, ਤੈਨੂੰ ਆ ਗਿਆ ਸੀ ਕੀ? ਬਾਅਦ 'ਚ ਮੈਡਮ ਨੇ ਮੇਰੀ ਸੌਂਹ ਕਰਦੀ, ਫਿਰ ਆਈ ਯਕੀਨ। ਅਤੇ ਹੁਣ ਕੀ ਅੱਗੇ ਏਮ ਕੀ ਲੈ ਕੇ ਚੱਲੇ ਹੋ? ਅੱਗੇ LLB ਕਰਨੀ ਆ। ਹਾਂਜੀ, ਹੋਰ ਕਿਸ ਤਰੀਕੇ ਦੇ ਨਾਲ ਜਿਹੜੀ ਮਿਹਨਤ ਹੈ, ਕਿ ਕਿੱਦਾਂ ਦਾ ਸੁਨੇਹਾ ਬੱਚਿਆਂ ਨੂੰ ਦੇਣਾ ਚਾਹੂੰਗਾ? ਬੱਚਿਆਂ ਨੂੰ ਇਹੀ ਆ ਕਿ ਅੱਗੋਂ ਪੜ੍ਹਨ, ਅਤੇ ਦਿਲ ਲਾ ਕੇ ਮਿਹਨਤ ਲਾਏ ਕਰਨ, ਅਤੇ ਗੇਮਸ ਵੱਲ ਵੀ ਧਿਆਨ ਦੇਣ, ਉਹ 'ਚ ਵੀ ਬਹੁਤ ਸਕੋਪ ਆ ਅੱਗੇ। ਬਸ ਤੁਸੀਂ ਗੱਤਕੇ ਦਾ ਜ਼ਿਕਰ ਕੀਤਾ, ਗੇਮਸ ਦਾ ਹੋਰ ਵੀ ਕੋਈ ਸ਼ੌਂਕ ਹੈ? ਹੋਰ ਬਸ ਗੱਤਕਾ ਹੀ ਜ਼ਿਆਦਾ ਖੇਡਦਾ, ਵੈਸੇ ਰਨਿੰਗ ਵਗੈਰਾ ਬਸ ਇੰਨਾ ਹੀ, ਹੋਰ ਨਹੀਂ ਜ਼ਿਆਦਾ। ਮਾਪਿਆਂ ਦੀ ਪੂਰੀ ਸਪੋਰਟ ਸੀ? ਹਾਂਜੀ, ਮਾਪਿਆਂ ਦੀ ਤਾਂ ਸੀਗੀ ਸਪੋਰਟ। ਮੈਡਮ ਕਿਵੇਂ ਦੇਖਦੇ ਹੋ, ਸਕੂਲ ਦਾ ਨਾਮ ਰੋਸ਼ਨ ਕੀਤਾ, ਬੱਚੇ ਨੇ ਪਹਿਲਾ ਸਥਾਨ ਹਾਸਲ ਕੀਤਾ ਪੰਜਾਬ 'ਚ? ਬਹੁਤ ਖੁਸ਼ੀ ਹੋ ਰਹੀ ਹੈ, ਸਾਡੇ ਸਕੂਲ ਦੇ ਬੱਚਾ ਜਿਹੜਾ ਟੋਪਰ ਰਿਹਾ, ਪਹਿਲਾਂ ਤਾਂ ਸਾਡੇ ਆਉਂਦੇ ਸੀ, ਹੁਣ ਕਰੋਨਾ ਤੋਂ ਬਾਅਦ ਥੋੜ੍ਹਾ ਮਾਹੌਲ ਬਦਲ ਗਿਆ, ਹੁਣ ਸਾਨੂੰ ਇਹਨੇ ਬੜਾ ਮਾਣ ਮਹਿਸੂਸ ਹੁੰਦਾ ਕਿ ਸਾਡਾ ਬੱਚਾ ਟੋਪਰ ਰਿਹਾ। ਸਪੋਰਟਸ ਵੀ ਜਾਂਦਾ, ਦੇਖੋ ਉਹਨੇ ਕਿਹਾ ਸਮ, ਦੇਖੋ ਇੱਕ ਬੱਚੇ ਦੇ ਇੰਨੇ ਲੈਸਨ ਮਿਸ ਹੁੰਦੇ ਆ, ਇਹਦਾ ਮਤਲਬ ਮਿਹਨਤ ਕੀਤੀ ਹੈ ਬੱਚੇ ਨੇ, ਟੀਚਰ ਨੇ ਵੀ ਕਰਾਈ ਹੈ। ਮੈਮ ਕੀ ਲੱਗਦਾ, ਬੱਚੇ ਹੋਰ ਵੀ ਨੇ ਤੁਹਾਡੇ ਕੋਲ, ਜਿਵੇਂ ਪਹਿਲਾ ਸਥਾਨ ਹਾਸਲ ਕੀਤਾ, ਪੂਰੇ ਪੰਜਾਬ ਦੇ ਵਿੱਚੋਂ ਮਾਣ ਵਾਲੀ ਗੱਲ ਹੈ ਕਿ ਇੱਕ ਨਾਮ ਜਿਹੜਾ ਪੂਰੇ ਪੰਜਾਬ ਦੇ ਵਿੱਚ ਰੋਸ਼ਨ ਕੀਤਾ? ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਬੱਚੇ ਦਾ ਸਕੂਲ ਦਾ ਬੱਚਾ ਇੱਕ ਟੋਪਰ ਰਹੇ, ਤਾਂ ਸਾਨੂੰ ਤਾਂ ਬਹੁਤ, ਇਹ ਵੀ ਸਟਾਰ ਆਫ ਦਾ ਡੇ ਹੈ, ਬਣ ਗਿਆ, ਤਾਂ ਖੁਸ਼ੀ ਹੁੰਦੀ ਹੈ ਕਿ ਸਾਡੇ ਸਕੂਲ ਦਾ ਨਾਮ ਬਹੁਤ ਰੋਸ਼ਨ ਕੀਤਾ, ਨਹੀਂ ਤਾਂ ਸਾਡੇ ਸਕੂਲ ਨੂੰ ਕੋਈ ਜਾਣਦਾ ਹੀ ਨਹੀਂ। ਸੋ ਮਦਰ ਵੀ ਨਾਲ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ, ਕਿਵੇਂ ਦੇਖਦੇ ਹੋ ਜੀ, ਬੱਚੇ ਨੇ ਪਹਿਲਾ ਸਥਾਨ ਪੰਜਾਬ 'ਚੋਂ ਹਾਸਲ ਕੀਤਾ, ਨਾਮ ਰੋਸ਼ਨ ਕੀਤਾ? ਵਧੀਆ ਜੀ, ਵਧੀਆ ਦੇਖਦੇ ਹਾਂ, ਖੁਸ਼ੀ ਆ ਸਾਨੂੰ। ਕਿ ਕਿਵੇਂ ਮਿਹਨਤ ਨੂੰ ਕਿਵੇਂ ਦੇਖਦੇ ਹੋ, ਅੱਗੇ ਸੁਪਨਾ ਲੈ ਕੇ ਚੱਲਿਆ ਕਿ LLB ਕਰਨੀ ਹੈ, ਤਾਂ ਇੱਕ ਚੰਗਾ ਮੁਕਾਮ ਹਾਸਲ ਕਰਨਾ? ਮਿਹਨਤ ਕਰੂਗਾ, ਕਰੂਗਾ। ਪੜ੍ਹਾਈ ਅੱਗੇ ਜਾਰੀ ਰੱਖੀ? ਹਾਂਜੀ, ਪੜ੍ਹਾਈ ਜਾਰੀ ਰੱਖੂਗਾ, ਪੜ੍ਹਾਈ ਕਰਾਵਾਂਗੇ ਅੱਗੇ। ਸੋ ਏਕਮ ਦੇ ਪਰਿਵਾਰ ਦੇ ਨਾਲ ਵੀ ਗੱਲਬਾਤ ਕੀਤੀ ਆ, ਔਰ ਜਿਹੜੇ ਟੀਚਰ ਹੈਗੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ, ਤਾਂ ਦੇਖਿਆ ਜਾ ਸਕਦਾ ਖੁਸ਼ੀ ਦਾ ਮਾਹੌਲ ਹੈ, ਪਰ ਇਸੇ ਵਿਚਾਲੇ ਏਕਮ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ, ਤਾਂ ਇਹ ਕਿਹਾ ਜਾ ਸਕਦਾ ਹੈ ਕਿ 500 ਦੇ ਵਿੱਚੋਂ 500 ਨੰਬਰ ਜਿਹੜੇ ਏਕਮ ਨੇ ਹਾਸਲ ਕੀਤੇ ਔਰ ਪੰਜਾਬ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਲੁਧਿਆਣਾ ਤੋਂ ਰਜਿੰਦਰ ਅਰੋੜਾ, ਨਿਊਜ਼ 18 ਪੰਜਾਬ।